ਇੰਟਰਨੈਸ਼ਨਲ ਟੂਰਨਾਮੈਂਟ ਖੇਡਣ ਗਏ ਸੀ ਨੇਪਾਲ। ਉਸ ਦੇ ਵਿੱਚ ਜੋ ਕਾਠਮਾਂਡੂ ਵਿਖੇ ਟੂਰਨਾਮੈਂਟ ਹੋਏ ਸੀ, ਇਸ ਵਿੱਚ ਅਸੀਂ ਨੇ ਟੋਟਲ ਮਾਨਸਾ ਜ਼ਿਲ੍ਹੇ ਦੇ 7 ਬੱਚਿਆਂ ਨੇ ਪਾਰਟੀਸਪੇਟ ਕਰਿਆ ਸੀ ਅਤੇ 7 ਬੱਚਿਆਂ ਦਾ ਜੋ ਹੈ ਗੋਲਡ ਮੈਡਲ ਆ, ਚਾਰ ਬੱਚਿਆਂ ਦਾ ਬ੍ਰੌਂਚ ਮੈਡਲ ਆਇਆ ਅਤੇ 3 ਬੱਚਿਆਂ ਦੇ ਗੋਲਡ ਮੈਡਲ ਆਏ ਆ, ਜਿਸ ਵਿੱਚੋਂ ਟੋਟਲ ਆਪਣੇ ਪੰਜਾਬ ਦੇ ਵਿੱਚ 70 ਬੱਚਿਆਂ ਨੇ ਪਾਰਟੀਸਪੇਟ ਕਰਿਆ ਸੀ ਅਤੇ ਰਾਜਸਥਾਨ, ਹਿਮਾਚਲ ਅਤੇ ਇਹਨਾਂ ਨੇ ਪਾਰਟੀਸਪੇਟ ਕਰਿਆ ਸੀ ਅਤੇ ਪੰਜਾਬ ਪਹਿਲੇ ਨੰਬਰ 'ਤੇ ਆਇਆ ਜੀ ਆਲ ਓਵਰ ਵਰਲਡ ਦੇ ਵਿੱਚ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿਉਂਕਿ ਅੱਜ ਦਾ ਜੋ ਸਮਾਂ ਆ, ਸਮੇਂ ਦੇਖਦੇ ਹੋਏ ਕਿ ਬੱਚਿਆਂ ਨੂੰ ਸਭ ਤੋਂ ਜ਼ਰੂਰੀ ਹੈ ਸੈਲਫ ਡਿਫੈਂਸ ਕਰਨਾ, ਹੀ ਖੁਦ ਦਾ ਸਵੈ ਰੱਖਿਆ ਕਰਨੀ, ਤਾਂ ਮਾਂ ਬਾਪ ਨੂੰ ਸੋਚਣਾ ਚਾਹੀਦਾ ਕਿ ਸਾਡੀ ਬੱਚਿਆਂ ਖੁਦ ਦੇ ਲਈ ਕੁਛ ਕਰ ਸਕਣ। ਅਤੇ ਜੋ ਹੈ ਇੱਕ ਬੱਚੀ ਅਜੇ ਜੋ ਗੁਰਪ੍ਰੀਤ, ਇਸ ਬੱਚੀ ਨੇ 1 ਸਾਲ ਦੀ ਟ੍ਰੇਨਿੰਗ ਦੇ ਅੰਦਰ ਗੋਲਡ ਮੈਡਲ ਪ੍ਰਾਪਤ ਕੀਤਾ ਇੰਟਰਨੈਸ਼ਨਲ ਖੇਡਾਂ ਦੇ ਵਿੱਚ, ਜਿਸ ਦੀ ਸਿਲੈਕਸ਼ਨ ਹੋਈ ਸੀ। ਅਸੀਂ ਮਾਨਸਾ ਜ਼ਿਲ੍ਹੇ ਟੋਟਲ 7 ਸਟੂਡੈਂਟ ਗਏ ਸੀ ਨੇਪਾਲ ਕਰਾਟੇ ਚੈਂਪੀਅਨਸ਼ਿਪ ਲਈ, ਜੋ ਕਿ ਇੰਟਰਨੈਸ਼ਨਲ ਚੈਂਪੀਅਨਸ਼ਿਪ ਸੀ 5ਵੀਂ। ਉੱਥੇ ਮਾਨਸਾ ਜ਼ਿਲ੍ਹੇ ਦੇ 7 ਬੱਚਿਆਂ ਨੇ ਭਾਗ ਲਿਆ ਅਤੇ 7 ਦੇ ਮੈਡਲ ਨੇ, ਅਤੇ ਉਹਦੇ ਵਿੱਚੋਂ 3 ਸਾਡੇ ਫਸਟ ਆਏ ਨੇ ਅਤੇ 4 ਸਾਡੇ ਬ੍ਰੌਂਚ ਆਏ ਨੇ। ਇੰਟਰਨੈਸ਼ਨਲ ਟੂਰਨਾਮੈਂਟ ਖੇਡਣ ਗਏ ਸੀ ਨੇਪਾਲ। ਉਸ ਦੇ ਵਿੱਚ ਜੋ ਕਾਠਮਾਂਡੂ ਵਿਖੇ ਟੂਰਨਾਮੈਂਟ ਹੋਏ ਸੀ, ਇਸ ਵਿੱਚ ਅਸੀਂ ਨੇ ਟੋਟਲ ਮਾਨਸਾ ਜ਼ਿਲ੍ਹੇ ਦੇ 7 ਬੱਚਿਆਂ ਨੇ ਪਾਰਟੀਸਪੇਟ ਕਰਿਆ ਸੀ ਅਤੇ 7 ਬੱਚਿਆਂ ਦਾ ਜੋ ਹੈ ਗੋਲਡ ਮੈਡਲ ਆ, ਚਾਰ ਬੱਚਿਆਂ ਦਾ ਬ੍ਰੌਂਚ ਮੈਡਲ ਆਇਆ ਅਤੇ 3 ਬੱਚਿਆਂ ਦੇ ਗੋਲਡ ਮੈਡਲ ਆਏ ਆ, ਜਿਸ ਵਿੱਚੋਂ ਟੋਟਲ ਆਪਣੇ ਪੰਜਾਬ ਦੇ ਵਿੱਚ 70 ਬੱਚਿਆਂ ਨੇ ਪਾਰਟੀਸਪੇਟ ਕਰਿਆ ਸੀ ਅਤੇ ਰਾਜਸਥਾਨ, ਹਿਮਾਚਲ ਅਤੇ ਇਹਨਾਂ ਨੇ ਪਾਰਟੀਸਪੇਟ ਕਰਿਆ ਸੀ ਅਤੇ ਪੰਜਾਬ ਪਹਿਲੇ ਨੰਬਰ 'ਤੇ ਆਇਆ ਜੀ ਆਲ ਓਵਰ ਵਰਲਡ ਦੇ ਵਿੱਚ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿਉਂਕਿ ਅੱਜ ਦਾ ਜੋ ਸਮਾਂ ਆ, ਸਮੇਂ ਦੇਖਦੇ ਹੋਏ ਕਿ ਬੱਚਿਆਂ ਨੂੰ ਸਭ ਤੋਂ ਜ਼ਰੂਰੀ ਹੈ ਸੈਲਫ ਡਿਫੈਂਸ ਕਰਨਾ, ਹੀ ਖੁਦ ਦਾ ਸਵੈ ਰੱਖਿਆ ਕਰਨੀ, ਤਾਂ ਮਾਂ ਬਾਪ ਨੂੰ ਸੋਚਣਾ ਚਾਹੀਦਾ ਕਿ ਸਾਡੀ ਬੱਚਿਆਂ ਖੁਦ ਦੇ ਲਈ ਕੁਛ ਕਰ ਸਕਣ। ਅਤੇ ਜੋ ਹੈ ਇੱਕ ਬੱਚੀ ਅਜੇ ਜੋ ਗੁਰਪ੍ਰੀਤ, ਇਸ ਬੱਚੀ ਨੇ 1 ਸਾਲ ਦੀ ਟ੍ਰੇਨਿੰਗ ਦੇ ਅੰਦਰ ਗੋਲਡ ਮੈਡਲ ਪ੍ਰਾਪਤ ਕੀਤਾ ਇੰਟਰਨੈਸ਼ਨਲ ਖੇਡਾਂ ਦੇ ਵਿੱਚ, ਜਿਸ ਦੀ ਸਿਲੈਕਸ਼ਨ ਹੋਈ ਸੀ। ਅਸੀਂ ਮਾਨਸਾ ਜ਼ਿਲ੍ਹੇ ਟੋਟਲ 7 ਸਟੂਡੈਂਟ ਗਏ ਸੀ ਨੇਪਾਲ ਕਰਾਟੇ ਚੈਂਪੀਅਨਸ਼ਿਪ ਲਈ, ਜੋ ਕਿ ਇੰਟਰਨੈਸ਼ਨਲ ਚੈਂਪੀਅਨਸ਼ਿਪ ਸੀ 5ਵੀਂ। ਉੱਥੇ ਮਾਨਸਾ ਜ਼ਿਲ੍ਹੇ ਦੇ 7 ਬੱਚਿਆਂ ਨੇ ਭਾਗ ਲਿਆ ਅਤੇ 7 ਦੇ ਮੈਡਲ ਨੇ, ਅਤੇ ਉਹਦੇ ਵਿੱਚੋਂ 3 ਸਾਡੇ ਫਸਟ ਆਏ ਨੇ ਅਤੇ 4 ਸਾਡੇ ਬ੍ਰੌਂਚ ਆਏ ਨੇ। ਇੰਟਰਨੈਸ਼ਨਲ ਟੂਰਨਾਮੈਂਟ ਖੇਡਣ ਗਏ ਸੀ ਨੇਪਾਲ। ਉਸ ਦੇ ਵਿੱਚ ਜੋ ਕਾਠਮਾਂਡੂ ਵਿਖੇ ਟੂਰਨਾਮੈਂਟ ਹੋਏ ਸੀ, ਇਸ ਵਿੱਚ ਅਸੀਂ ਨੇ ਟੋਟਲ ਮਾਨਸਾ ਜ਼ਿਲ੍ਹੇ ਦੇ 7 ਬੱਚਿਆਂ ਨੇ ਪਾਰਟੀਸਪੇਟ ਕਰਿਆ ਸੀ ਅਤੇ 7 ਬੱਚਿਆਂ ਦਾ ਜੋ ਹੈ ਗੋਲਡ ਮੈਡਲ ਆ, ਚਾਰ ਬੱਚਿਆਂ ਦਾ ਬ੍ਰੌਂਚ ਮੈਡਲ ਆਇਆ ਅਤੇ 3 ਬੱਚਿਆਂ ਦੇ ਗੋਲਡ ਮੈਡਲ ਆਏ ਆ, ਜਿਸ ਵਿੱਚੋਂ ਟੋਟਲ ਆਪਣੇ ਪੰਜਾਬ ਦੇ ਵਿੱਚ 70 ਬੱਚਿਆਂ ਨੇ ਪਾਰਟੀਸਪੇਟ ਕਰਿਆ ਸੀ ਅਤੇ ਰਾਜਸਥਾਨ, ਹਿਮਾਚਲ ਅਤੇ ਇਹਨਾਂ ਨੇ ਪਾਰਟੀਸਪੇਟ ਕਰਿਆ ਸੀ ਅਤੇ ਪੰਜਾਬ ਪਹਿਲੇ ਨੰਬਰ 'ਤੇ ਆਇਆ ਜੀ ਆਲ ਓਵਰ ਵਰਲਡ ਦੇ ਵਿੱਚ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿਉਂਕਿ ਅੱਜ ਦਾ ਜੋ ਸਮਾਂ ਆ, ਸਮੇਂ ਦੇਖਦੇ ਹੋਏ ਕਿ ਬੱਚਿਆਂ ਨੂੰ ਸਭ ਤੋਂ ਜ਼ਰੂਰੀ ਹੈ ਸੈਲਫ ਡਿਫੈਂਸ ਕਰਨਾ, ਹੀ ਖੁਦ ਦਾ ਸਵੈ ਰੱਖਿਆ ਕਰਨੀ, ਤਾਂ ਮਾਂ ਬਾਪ ਨੂੰ ਸੋਚਣਾ ਚਾਹੀਦਾ ਕਿ ਸਾਡੀ ਬੱਚਿਆਂ ਖੁਦ ਦੇ ਲਈ ਕੁਛ ਕਰ ਸਕਣ। ਅਤੇ ਜੋ ਹੈ ਇੱਕ ਬੱਚੀ ਅਜੇ ਜੋ ਗੁਰਪ੍ਰੀਤ, ਇਸ ਬੱਚੀ ਨੇ 1 ਸਾਲ ਦੀ ਟ੍ਰੇਨਿੰਗ ਦੇ ਅੰਦਰ ਗੋਲਡ ਮੈਡਲ ਪ੍ਰਾਪਤ ਕੀਤਾ ਇੰਟਰਨੈਸ਼ਨਲ ਖੇਡਾਂ ਦੇ ਵਿੱਚ, ਜਿਸ ਦੀ ਸਿਲੈਕਸ਼ਨ ਹੋਈ ਸੀ। ਅਸੀਂ ਮਾਨਸਾ ਜ਼ਿਲ੍ਹੇ ਦੇ ਟੋਟਲ 7 ਸਟੂਡੈਂਟ ਗਏ ਸੀ ਨੇਪਾਲ ਕਰਾਟੇ ਚੈਂਪੀਅਨਸ਼ਿਪ ਲਈ, ਜੋ ਕਿ ਇੰਟਰਨੈਸ਼ਨਲ ਚੈਂਪੀਅਨਸ਼ਿਪ ਸੀ 5ਵੀਂ। ਉੱਥੇ ਮਾਨਸਾ ਜ਼ਿਲ੍ਹੇ ਦੇ 7 ਬੱਚਿਆਂ ਨੇ ਭਾਗ ਲਿਆ ਅਤੇ 7 ਦੇ ਮੈਡਲ ਨੇ, ਅਤੇ ਉਹਦੇ ਵਿੱਚੋਂ 3 ਸਾਡੇ ਫਸਟ ਆਏ ਨੇ ਅਤੇ 4 ਸਾਡੇ ਬ੍ਰੌਂਚ ਆਏ ਨੇ।